ਸਸਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਅਫੀਸ਼ੀਅਲ YouTube ਚੈਨਲ SK Jobs ਗਿਆਨ ਵਿੱਚ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੈਕੈਂਸੀ ਦੀ ਡਿਟੇਲ ਲੈ ਕੇ ਆਏ ਨੇ ਜਿਹੜੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਹੈ ਤੇ ਦੋਸਤੋ ਇਹਦਾ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਉਹ 32 ਹੈਗਾ ਤੇ ਇਹਦੇ ਚ ਤਿੰਨ ਪੋਸਟਾਂ ਕੱਢੀਆਂ ਗਈਆਂ ਨੇ ਸਬ ਡਿਵੀਜ਼ਨਲ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਤਾਂ ਦੋਸਤੋ ਇਹਦੇ ਵਾਸਤੇ ਤੁਹਾਨੂੰ ਆਨਲਾਈਨ ਐਪਲੀਕੇਸ਼ਨਸ ਭਰਨੇ ਪੈਣੇ ਨੇ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਇਹਦੀ ਰਿਜ਼ਰਵੇਸ਼ਨ ਆਫ ਦਾ ਪੋਸਟ ਦੀ ਤਾਂ ਇਹਦੇ ਜਿਹੜੀ ਤੁਹਾਡੀ ਇੱਕ ਪੋਸਟ ਹੈ ਉਹ ਐਕਸ ਸਰਵਿਸਮੈਨ ਤੇ ਐਲ ਡੀ ਈ ਐਸ ਐਮ ਵਾਸਤੇ ਨੇ ਤੇ ਦੋ ਜਿਹੜੀਆਂ ਵੈਕੈਂਸੀਆਂ ਨੇ ਉਹ ਬਾਲਮਿਕੀ ਮਜਬੀ ਸਿਕਸ ਤੇ ਪੰਜਾਬ ਵਾਸਤੇ ਹੈ ਤੇ ਦੋਸਤੋ ਟੋਟਲ ਇਹਦੇ ਤੁਹਾਨੂੰ ਤਿੰਨ ਵੈਕੈਂਸੀਆਂ ਕੱਢੀਆਂ ਗਈਆਂ ਨੇ ਤੇ ਦੋਸਤੋ ਇਹਦੇ ਜਿਹੜੀ ਉਹ ਇੱਕ ਵੈਕੈਂਸੀ ਊਮੈਨ ਵਾਸਤੇ ਵੀ ਹੈਗੀ ਹੈ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਇਹਦੇ ਪੇ ਸਕੇਲ ਦੀ ਤਾਂ ਇਹਦੇ ਜਿਹੜਾ ਤੁਹਾਡਾ ਪੇ ਸਕੇਲ ਹੈ ਉਹ 47600 ਰੁਪਏ ਦਿੱਤਾ ਜਾਵੇਗਾ ਤੇ ਦੋਸਤੋ ਇਹਦੇ ਜਿਹੜੀ ਤੁਹਾਡੀ এডਿਕੇਸ਼ਨ ਕੁਆਲਿਫਿਕੇਸ਼ਨ ਹੈ ਉਹਦੇ ਲਈ ਤੁਹਾਨੂੰ ਜਿਹੜੀ ਆ ਉਹ ਡਿਗਰੀ ਹੋਣੀ ਚਾਹੀਦੀ ਇੰਜੀਨੀਅਰਿੰਗ ਇਲੈਕਟ੍ਰੀਕਲ ਦੇ ਵਿੱਚ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਤੇ 10th ਦੇ ਵਿੱਚ ਤੁਹਾਡੇ ਕੋਲ ਪੰਜਾਬੀ ਸਬਜੈਕਟ ਹੋਣਾ ਚਾਹੀਦਾ ਤਾਂ ਤੁਸੀਂ ਇਹਨਾਂ ਨੂੰ ਅਪਲਾਈ ਕਰ ਸਕਦੇ ਹੋ ਤੇ ਦੋਸਤੋ ਇਹਦੇ ਜਿਹੜੀ ਤੁਹਾਡੀ ਏਜ ਲਿਮਟ ਹੈ ਉਹ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਤੇ ਇਹ ਜਿਹੜੀ ਤੁਹਾਡੀ ਏਜ ਹੈ 31/4/2021 ਤੱਕ ਕੰਪਲੀਟ ਹੋਣੀ ਚਾਹੀਦੀ ਤੇ ਦੋਸਤੋ ਇਹਦੇ ਜਿਹੜਾ ਉਹ ਤੁਹਾਡਾ ਐਗਜ਼ਾਮ ਲਿੱਤਾ ਜਾਵੇਗਾ ਜਿਹੜਾ ਇਹਦੇ ਵਿੱਚ ਤੁਹਾਡੀ ਟੈਂਟੇਟਿਵ ਡੇਟ ਮਈ 2021 ਦੱਸੀ ਗਈ ਤੇ ਦੋਸਤੋ ਗੱਲ ਕਰੀਏ ਆਪਾਂ ਇਹਦੀ ਲਾਸਟ ਡੇਟ ਦੀ ਤਾਂ ਇਹਦੀ ਜਿਹੜੀ ਲਾਸਟ ਡੇਟ ਹੈ ஆன்ਲਾਈਨ ਅਪਲੀਕੇਸ਼ਨ ਫਾਰਮ ਦੀ ਉਹ 10 ਮਈ 2021 ਹੈ ਤੇ ਇਹਦੀ ਜਿਹੜੀ ਲਾਸਟ ਡੇਟ ਹੈ ਡਿਪੋਜ਼ਿਟ ஆன்ਲਾਈਨ ਅਪਲੀਕੇਸ਼ਨ ਫੀਸ ਦੀ ਉਹ 14 ਮਈ 2021 ਤੱਕ ਤੁਸੀਂ ਇਹਦੀ ਫੀਸ ਭਰ ਸਕਦੇ ਹੋ ਤੇ ਦੋਸਤੋ ਇਹਦੇ ਜਿਹੜੀ ਤੁਹਾਡੀ ਫੀਸ ਹੈ ਉਹ 500 ਰੁਪਏ ਤੁਹਾਨੂੰ ਪੇ ਕਰਨਾ ਪੈਣਗੇ ਤੇ ਦੋਸਤੋ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ppsc.gov.in ਤੇ ਜਾ ਕੇ ਇਹਦਾ ਫਾਰਮ ਜਿਹੜਾ ਹੈ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਦੋਸਤੋ ਜੇ ਤੁਹਾਡੋਂ ਇਹਦੇ ਬਾਰੇ ਕੋਈ ਕੁਆਰੀ ਹੈ ਜਾਂ ਤੁਸੀਂ ਕੁਝ ਪੁੱਛਣਾ ਹੈ ਕੋਈ ਵੀ ਤੁਹਾਡਾ ਤੁਹਾਨੂੰ ਕੁਝ ਇਹਦੇ ਬਾਰੇ ਕੁਆਰੀ ਹੈ ਤਾਂ ਤੁਸੀਂ ਸਾਡੇ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਨੇ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ SK JOBS Gyan ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਦੋਸਤੋ ਜੈ ਹਿੰਦ ਜੈ ਭਾਰਤ